ਔਖਾ ਤਾਂ ਬਹੁਤ ਆ ਜੀ, ਠੰਡ ਦੇ ਵਿੱਚ ਹੁਣ ਕੰਮ ਤਾਂ ਕਰਨਾ ਹੀ ਪੈਣਾ, ਬਹੁਤ ਦਿੱਕਤ ਆਉਂਦੀ ਆ ਜੀ। ਠੀਕ ਆ, ਪੈਰ ਸੁੰਨ ਹੋ ਜਾਂਦੇ ਆ, ਧੂਈ ਲਾ ਲੈਂਦੇ ਆ, ਸੇਕ ਲੈਂਦੇ ਆ, ਫਿਰ ਰੇਹ ਪਾਉਣ ਕੰਮ ਕਰਨ ਲੱਗ ਜਾਂਦੇ ਆ ਜੀ ਖੇਤਾਂ 'ਚ। ਠੰਡ, ਮੌਸਮ ਖਰਾਬ ਆ ਜੀ, ਇੰਨਾ ਹੁਣ ਠੰਡ ਪੈ ਰਹੀ ਆ, ਕੰਮ ਕਰਨ ਵਾਲਾ ਮਜਬੂਰੀ ਆ ਜੀ ਸਾਡੀ। ਜੇ ਰੇਹ ਸਪਰੇਅ ਨਹੀਂ ਕਰਾਂਗੇ? ਨਹੀਂ ਕਰਾਂਗੇ ਜੀ, ਫਿਰ ਖਾਣ ਨੂੰ ਦਾਣੇ ਵੀ ਚਾਹੀਦੇ ਜੀ, ਕਰਜ਼ਾ ਬਹੁਤ ਆ ਸਿਰ ਜੀ, ਬੱਚੇ ਵੀ ਪਾਲਣੇ ਆ ਜੀ, ਫੀਸਾਂ ਸਕੂਲਾਂ ਦੀਆਂ, ਦਾਖਲੇ। ਫਸਲਾਂ ਨੂੰ ਜੀ, ਜਿਵੇਂ ਕਣਕ ਹੈ, ਉਹਨੂੰ ਫਾਇਦਾ ਵੀ ਆ, ਜਿਹੜੇ ਮਨੁੱਖ ਨੇ ਉਹਨਾਂ ਦਾ ਨੁਕਸਾਨ ਆ, ਚਾਹੇ ਜਾਨਵਰ ਨੇ, ਚਾਹੇ ਕੋਈ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹਾਂ, ਕਿਸਾਨ ਹੈ, ਮਜ਼ਦੂਰ ਹੈ, ਰੇਹ ਸਪਰੇਅ ਕਰਨੀ ਬਹੁਤ ਮੁਸ਼ਕਲ ਹੋਈ ਪਈ ਆ। ਜਿਵੇਂ ਇਹਦੇ 'ਚ ਨੁਕਸਾਨ ਸਾਡਾ ਇਹ ਹੋ ਰਿਹਾ, ਅਸੀਂ ਤਿੰਨ ਤਿੰਨ ਸਪਰੇਹਾਂ ਗੁੱਲੀ ਡੰਡੇ ਦੀਆਂ ਕਰ ਚੁੱਕੇ ਹਾਂ, 700-800 ਰੁਪਇਆ ਇੱਕ ਵਾਰ ਦੀ ਸਪਰੇਅ 'ਤੇ ਖਰਚ ਆਉਂਦਾ। ਗੁੱਲੀ ਡੰਡਾ ਠੰਡ ਕਾਰਨ, ਧੁੱਪ ਨਾ ਨਿਕਲਣ ਕਾਰਨ ਮਰ ਨਹੀਂ ਰਿਹਾ, ਇਹਦਾ ਨੁਕਸਾਨ ਇਹ ਹੋ ਰਿਹਾ ਡਬਲ। ਬਾਕੀ ਇਹ 'ਤੇ ਸਾਨੂੰ ਰੇਹ ਵੀ ਵੱਧ ਪਾਉਣਾ ਪੈ ਰਿਹਾ, ਜੇ ਸੂਰਜ ਨਿਕਲੇ, ਸੂਰਜ ਦੇ ਨਾਲ ਜੋ ਫਸਲ ਆ ਕੋਈ ਵੀ ਆ, ਚਾਹੇ ਕੱਖ ਆ, ਪੱਠੇ ਆ, ਕਣਕ ਆ, ਅੱਧਾ ਕੁ ਟਾਈਮ ਸੂਰਜ ਨਿਕਲੇ, ਅੱਧਾ ਦਿਹਾੜੀ, ਤਾਂ ਉਹਦੇ ਨਾਲ ਗਰੋਥ ਵੱਧਦੀ ਆ ਫਸਲ ਦੀ ਹਰੇਕ ਦੀ। ਇਹਦੇ ਕਾਰਨ ਹੁਣ ਜੇ ਧੁੱਪ ਐਂ ਹੁੰਦਾ ਵੀ ਅੱਜ ਨਿਕਲੂ, ਜਿਵੇਂ ਆਪਾਂ ਖੇਤ ਖੜ੍ਹੇ ਆ ਹੁਣ, ਅੱਜ ਵੀ ਅਸੀਂ ਰੇਹ ਪਾਉਣ ਆਏ ਵੇ ਹਾਂ, ਇਹਦਾ ਹੁਣ ਬੈਠੇ ਹਾਂ, ਆਹ ਧੂਈ ਦੇ ਉੱਤੇ ਬੈਠੇ ਸੀਗੇ, ਚਾਹ ਬਣਾ ਲਈ, ਚਾਹ ਪੀ ਲਈ, ਡਿੱਕੀ ਜਾਂਦੇ ਹਾਂ ਵੀ ਸੂਰਜ ਨਿਕਲੂ ਫਿਰ ਕੰਮ ਕਰਾਂਗੇ। ਉਹ ਤੋਂ ਬਾਅਦ ਟਾਈਮ ਹੋ ਜਾਂਦਾ 2-2:30 ਤਿੰਨ ਵਜਦੇ ਨਾਲ, ਫਿਰ ਵੀ ਕੱਲ੍ਹ ਜਿਵੇਂ ਪਰਸੋਂ ਸੀਗਾ ਉਹਦੇ ਘੰਟਾ ਕੁ ਨਿਕਲਿਆ, ਹੁਣ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ, ਫਿਰ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ। ਇਹਦਾ ਹੀ ਜਿਵੇਂ ਛੋਲੇ ਆ, ਕਿਸੇ ਦੇ ਖਾਣ ਯੋਗਰੇ ਬੀਜੇ ਵੇ ਆ, ਜ਼ਿਆਦਾਤਰ ਤਾਂ ਛੋਲਿਆਂ ਦੀ ਆਪਣੀ ਫਸਲ ਹੁੰਦੀ ਨਹੀਂ, ਜਿੰਨੀ ਕੁ ਖਾਣ ਯੋਗਰੇ ਲਾਏ ਵੇ ਆ ਉਹ ਵੱਧਦੇ ਨਹੀਂ ਗੇ, ਅਤੇ ਬਾਕੀ ਜਿਵੇਂ ਸਰੋਂ ਆ ਉਹਨੂੰ ਵੀ ਨੁਕਸਾਨ ਆ ਜੀ ਇਹਦਾ। ਜਿਸ ਤਰ੍ਹਾਂ ਕਣਕ ਦੀ ਫਸਲ ਲਈ ਠੰਡ ਆ ਜਿਹੜੀ ਉਹ ਲਾਹੇਵੰਦ ਗਿਣੀ ਜਾਂਦੀ ਹੈ, ਵੀ ਕਣਕ ਦੀ ਫਸਲ ਲਈ ਠੰਡ ਆ ਜਿਹੜੀ ਉਹ ਲਾਹੇਵੰਦ ਹੁੰਦੀ ਹੈ, ਪਰ ਇਹਨੂੰ ਸਾਂਭ ਸੰਭਾਲ ਦੇ ਵਿੱਚ ਰੇਹ ਸਪਰੇਅ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ। ਜਿਵੇਂ ਜਿਹੜਾ ਗੁੱਲੀ ਡੰਡਾ ਹੁੰਦਾ ਕਣਕ ਦੇ ਵਿੱਚ ਨਦੀਨ ਹੁੰਦੇ ਆ, ਉਹਨੂੰ ਜਿਹੜੀ ਸਪਰੇਅ ਕਰਦੇ ਹਾਂ ਉਹ ਧੁੱਪ ਉਹਦੇ ਲਈ ਜ਼ਰੂਰੀ ਹੁੰਦੀ ਹੈ, ਉਹ ਜੇ ਆਪਾਂ ਧੁੱਪ ਦੇ ਵਿੱਚ ਸਪਰੇਅ ਕਰਾਂਗੇ ਤਾਂ ਇੱਕ ਸਪਰੇਅ ਨਾਲ ਗੁੱਲੀ ਡੰਡਾ ਖਤਮ ਹੋ ਜਾਂਦਾ, ਹੁਣ 3-3 ਸਪਰੇਹਾਂ ਹੋ ਗਈਆਂ ਜਿਹਦੇ ਨਾਲ ਖਰਚਾ ਜ਼ਿਮੀਦਾਰ ਦਾ ਉਹ ਵੱਧ ਰਿਹਾ, ਅਤੇ ਰੇਹ ਵੀ ਠੰਡ ਦੇ ਕਾਰਨ ਥੋੜ੍ਹਾ ਜ਼ਿਆਦਾ ਪੈ ਰਿਹਾ। ਅਤੇ ਦੂਜੀ ਵੱਡੀ ਸਮੱਸਿਆ ਪਸ਼ੂਆਂ ਵਾਸਤੇ ਆ, ਜ਼ਿਮੀਦਾਰ ਦੀ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਪਸ਼ੂ, ਉਹ ਤਕਰੀਬਨ 1.5 ਮਹੀਨੇ ਤੋਂ ਇੱਕ ਥਾਂ ਬੰਨੇ ਖੜ੍ਹੇ ਆ ਅੰਦਰ। ਦੇਖੋ ਜੀ, ਇੱਕ ਤਾਂ ਬੱਚਿਆਂ ਦੀ ਪੜ੍ਹਾਈ 'ਤੇ ਕਾਫੀ ਜ਼ਿਆਦਾ ਪ੍ਰਭਾਵ ਪੈ ਰਿਹਾ, ਬੱਚੇ ਛੁੱਟੀਆਂ 1 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸਰਦੀਆਂ ਦੇ ਵਿੱਚ, ਅਤੇ ਦੂਜਾ ਬਜ਼ੁਰਗਾਂ ਦੀ, ਸਾਡਾ ਪਿੰਡ ਜਿਹੜਾ ਸੰਘੇੜਾ ਪਿੰਡ ਆ, ਕਾਫੀ ਵੱਡੀ ਇਹਦੀ ਜਿਹੜੀ ਜਨਸੰਖਿਆ, ਅਤੇ ਇੱਥੇ ਇੱਕ ਰੋਜ਼ ਦੀ ਤਕਰੀਬਨ ਇੱਕ ਮੌਤ ਹੋ ਰਹੀ ਆ। ਕਰੀਏ ਨਹੀਂ ਬਾਤ।